ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਕ੍ਰਿਸਮਸ ਦਿਹਾੜੇ 'ਤੇ 30 ਹਲਕਾ ਵਾਸੀਆਂ ਨੂੰ ਮੁਬਾਰਕਬਾਦ। ਕ੍ਰਿਸਮਸ ਦਿਹਾੜੇ ਦੀ ਖੁਸ਼ੀ 'ਚ ਫਤਿਹਗੜ੍ਹ ਚੂੜੀਆਂ 'ਚ ਕਰਵਾਇਆ ਗਿਆ ਸਮਾਗਮ। ਬਲਬੀਰ ਸਿੰਘ ਪੰਨੂ ਨੇ ਕੀਤੀ ਸ਼ਿਰਕਤ। ਫਤਿਹਗੜ੍ਹ ਚੂੜੀਆਂ ਕਸਬੇ 'ਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਕ੍ਰਿਸਮਸ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਸਮੂਹ ਮਸੀਹ ਭਾਈਚਾਰੇ ਅਤੇ ਸ਼ਹਿਰ ਵਾਸੀਆਂ ਨੂੰ ਕ੍ਰਿਸਮਸ ਦਿਹਾੜੇ ਅਤੇ ਨਵੇਂ ਸਾਲ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਦਰਸਾਏ ਹੋਏ ਸੱਚੇ ਮਾਰਗ 'ਤੇ ਚੱਲਣਾ ਚਾਹੀਦਾ ਹੈ। ਜੀ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ 'ਤੇ ਸਾਡੇ ਕ੍ਰਿਸਚਨ ਭਾਈਚਾਰੇ ਨੇ ਬੜਾ ਮਾਣ ਸਨਮਾਨ ਬੜਾ ਪਿਆਰ ਦਿੱਤਾ, ਜੋ ਅੱਜ ਮੈਨੂੰ ਇੱਥੇ ਸੱਦ ਕੇ ਬੜਾ ਬਹੁਤ ਜ਼ਿਆਦਾ ਬੜਾ ਮੈਨੂੰ ਮਾਣ ਮਹਿਸੂਸ ਹੋਇਆ। ਮੇਰੇ ਵੱਲੋਂ ਪੂਰੇ ਫਤਿਹਗੜ੍ਹ ਚੂੜੀਆਂ ਨੂੰ, ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਜਿੰਨੇ ਵੀ ਸਾਡੇ ਕ੍ਰਿਸਚਨ ਭਾਈਚਾਰੇ ਦੇ ਵੀਰ ਨੇ, ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰ ਅੱਜ ਦੇ ਦਿਨ ਮੈਂ ਸਾਰੇ ਭਾਈਚਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਅੱਜ ਇੱਕ ਸੱਚਾਈ ਦੀ ਆਵਾਜ਼ ਨੇ ਜਨਮ ਲਿਆ ਸੀ। ਅੱਜ ਦੇ ਦਿਨ ਅਸੀਂ ਰਲ ਮਿਲ ਕੇ ਸਾਰੇ ਭਾਈਚਾਰੇ ਅਸੀਂ ਰਲ ਮਿਲ ਕੇ ਪੂਰੇ ਪੰਜਾਬੀ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੇ ਵੱਸਦੇ ਪੰਜਾਬੀ ਅਸੀਂ ਸੱਚ ਦੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕਰਿਆ ਕਰੀਏ। ਅਸੀਂ ਰਲ ਮਿਲ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਜੁੜੀਏ ਔਰ ਜੁੜ ਕੇ ਰਲ ਮਿਲ ਕੇ ਉਹਨਾਂ ਦਾ ਸਾਥ ਦਈਏ, ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਇੱਕ ਸੱਚੇ ਸੁੱਚੇ ਔਰ ਨੇਕ ਦਿਲ ਇਨਸਾਨ ਨੇ, ਤਾਂ ਜੋ ਅਸੀਂ ਪੰਜਾਬ ਦੇ ਵਿੱਚ ਜੋ 17 ਸਾਲਾਂ ਦਾ ਕੋਹੜ ਸੀ, 17 ਸਾਲਾਂ ਦੇ ਵਿੱਚ ਦੂਸਰੀਆਂ ਪਾਰਟੀਆਂ ਨੇ ਜੋ ਪੰਜਾਬ ਨੂੰ ਉਲਝਾ ਕੇ ਰੱਖਿਆ ਸੀ, ਉਹਨਾਂ ਨੂੰ ਅਸੀਂ ਪਾਪੀਆਂ ਨੂੰ ਉਹਨਾਂ ਦੇ ਪਾਪ ਨੂੰ ਖਤਮ ਕਰ ਸਕੀਏ, ਤਾਂ ਜੋ ਪੰਜਾਬ ਨੂੰ ਦੁਬਾਰਾ ਅਸੀਂ ਰੰਗਲਾ ਮਸਲਾ ਹੱਸਦਾ ਪੰਜਾਬ ਬਣਾ ਸਕੀਏ। ਅਗਲੇ ਦਿਨ ਲਈ ਪਹਿਲਾਂ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਦਾ, ਉਹਨਾਂ ਨੂੰ ਅਸੀਂ ਇੱਥੇ ਬੁਲਾਇਆ ਸੀ, ਉਹਨਾਂ ਨੇ ਸਾਡਾ ਮਾਣ ਬਹੁਤ ਵਧਾਇਆ ਆ ਫਤਿਹਗੜ੍ਹ ਚੂੜੀਆਂ ਦੇ ਵਿੱਚ ਆਣ ਕੇ, ਮਸੀਹ ਭਾਈਚਾਰੇ ਦਾ ਮਾਣ ਬਹੁਤ ਵਧਿਆ ਇੱਥੇ। ਤੁਸੀਂ ਅੱਜ ਵੱਡੇ ਦਿਨ ਤੇ ਮਨਾ ਰਹੇ ਹੋ, ਕੀ ਤੋਹਫਾ ਦੇਣਾ ਚਾਹੋਗੇ ਪੰਨੂ ਸਾਹਿਬ? ਪੰਨੂ ਸਾਹਿਬ ਨੂੰ ਅਸੀਂ ਸਭ ਤੋਂ ਵੱਡਾ ਤੋਹਫਾ ਇਹ ਦੇਣਾ ਚਾਹੁੰਦੇ ਹਾਂ, ਮਸੀਹ ਭਾਈਚਾਰਾ ਜਿੰਨਾ ਅਸੀਂ ਹਲਕਾ ਫਤਿਹਗੜ੍ਹ ਚੂੜੀਆਂ ਦਾ ਪੰਨੂ ਸਾਹਿਬ ਨਾਲ ਆ।